ਨਵਜੋਤ ਕੌਰ ਸਿੱਧੂ ਦਾ ਕਾਂਗਰਸ ਸਰਕਾਰ ਖਿਲਾਫ਼ ਭੜਾਸ ਕੱਢਣ ਵਾਲਾ ਵਾਇਰਲ ਆਡੀਓ ਵਿਰੋਧੀਆਂ ਦੇ ਨਿਸ਼ਾਨੇ ਤੋਂ ਪਾਸੇ ਹਟਣ ਦਾ ਨਾਮ ਨਹੀਂ ਲੈ ਰਿਹਾ। ਪਟਿਆਲਾ ਰੈਲੀ 'ਚ ਪ੍ਰਕਾਸ਼ ਬਾਦਲ ਤੇ ਬਿਕਰਮ ਮਜੀਠੀਆ ਨੇ ਸਿੱਧੂ ਦੀ ਇਸ ਵਾਇਰਲ ਆਡੀਓ ਦੀ ਖੂਬ ਖਿੱਲੀ ਉਡਾਈ। ਸਿੱਧੂ ਵੱਲੋਂ ਕਾਂਗਰਸ ਨੂੰ 10 'ਚੋਂ 4 ਨੰਬਰ ਦੇਣ ਵਾਲੇ ਬਿਆਨ ਤੇ ਮਜੀਠੀਆ ਨੇ ਕਿਹਾ ਕਿ ਇਹ ਤਾਂ ਸਿੱਧੂ ਨੇ ਝੰਡੀ ਦਾ ਲਿਹਾਜ਼ ਕਰ ਲਿਆ, ਨਹੀਂ ਤਾਂ 10 'ਚੋਂ 0 ਨੰਬਰ ਹੀ ਦੇਣਾ ਸੀ। ਉੱਥੇ ਹੀ ਪ੍ਰਕਾਸ਼ ਬਾਦਲ ਨੇ ਆਪਣੇ ਅੰਦਾਜ਼ 'ਚ ਟਿੱਪਣੀ ਕਰਦੇ ਹੋਏ ਕਿਹਾ ਕਿ ਕਾਂਗਰਸ ਖਿਲਾਫ਼ ਸਿੱਧੂ ਨੇ ਜੋ ਬਿਆਨ ਦਿੱਤਾ ਏ, ਉਸ ਤੋਂ ਸਾਫ਼ ਹੋ ਰਿਹਾ ਕਿ ਕੈਪਟਨ ਦੇ ਹੇਠੋਂ ਹੇਠੋਂ ਮਿੱਟੀ ਨਿਕਲ ਚੁੱਕੀ ਏ। ਕਹਿੰਦਾ ਨੌਕਰੀ ਫਸੇ ਆਏ ਆ, ਕਹਿੰਦਾ ਇੱਥੇ ਦੂਜੇ ਨੂੰ ਪੁੱਛਦੇ ਤੇਰਾ ਕਰਜ਼ਾ ਮਾਫ਼ ਹੋਇਆ, ਇਹ ਲੰਬੀ ਦੀ ਗੱਲ ਕਰਦਾ ਮੈਂ। ਕਹਿੰਦਾ ਕਰਜ਼ਾ ਮਾਫ਼, ਆ ਪਿਛਲੇ ਮਹੀਨੇ ਮੇਰਾ ਭਤੀਜਾ ਖੁਦਕੁਸ਼ੀ ਕਰ ਗਿਆ ਇਹਨਾਂ ਦੇ ਝੂਠੇ ਲਾਰਿਆਂ ਕਰਕੇ। ਕਹਿਣ ਦਾ ਭਾਵ ਕਿ ਦੁਖੀ ਹਿਰਦੇ ਨਾਲ ਜਿਹਨਾਂ ਨੂੰ ਲਾਰੇ ਲਾ ਕੇ ਅੱਜ ਉੱਥੇ ਲੈ ਕੇ ਗਏ ਆ। ਚਲੋ ਇਹ ਛੱਡੋ ਗੱਲਾਂ, ਬੀਬੀ ਕੀ ਕਹਿੰਦੀ, ਚਲੋ ਅਸੀਂ ਕਹਿੰਦੇ ਆ ਸਰਕਾਰ ਚੰਗੀ ਆ ਮਾੜੀ ਆ ਤੇ ਕਹਿਣਗੇ ਵਿਰੋਧੀ ਧਿਰ ਕਹਿੰਦਾ, ਤੇ ਭਰਾਵੋ ਮੰਤਰੀ ਦੀ ਘਰ ਵਾਲੀ ਜੇ ਕਵੇ ਕਿ ਸਰਕਾਰ ਨੂੰ ਕਿੰਨੇ ਨੰਬਰ 4, ਤਾਂ ਮੈਨੂੰ ਲੱਗਦਾ ਜਿਹੜੀ ਝੰਡੀ ਮਿਲੀ ਉਹਦੇ ਕਰਕੇ ਦੇ ਤੇ, ਨਹੀਂ ਤਾਂ 0 ਹੀ ਲਾਉਣੇ ਸੀ। ਉਹ ਤਾਂ ਲਿਹਾਜ਼ਾ ਕਰ ਲਿਆ ਤੇ ਫਿਰ ਕੀ ਕਹਿੰਦੀ, ਕਹਿੰਦੀ ਹਿੱਸਾ ਤਾਂ ਉੱਤੇ ਤੱਕ ਜਾਂਦਾ। ਬੀਬੀ ਜੀ ਕਿੱਥੇ ਜਾਂਦਾ ਉੱਤੇ? ਉੱਤੇ ਤਾਂ ਸਰਦਾਰ ਜੀ ਬੈਠੇ ਆ, ਜਾਂ ਸਰਦਾਰ ਜੀ ਦੇ ਗੁਰੂ ਜੀ ਬੈਠੇ ਆ, ਤੇ ਜਾਂਦਾ ਜਾਂ ਤੇਰਾ ਪੱਪੂ ਬੈਠਾ ਦਿੱਲੀ, ਜਾਂਦਾ ਕਿੱਥੇ ਆ ਉੱਤੇ? ਇਹ ਤਾਂ ਨਹੀਂ ਹੋਰ ਕਿਸੇ ਪਾਸੇ ਉੱਤੇ ਜਾਂਦਾ, ਸਪਸ਼ਟ ਕਰੋ। ਤੇ ਕਹਿ ਕਹਿੰਦੀ ਕਿ ਇੱਕ ਟੀਵੀ ਟੀਚਰ ਮੇਰੇ ਵੀਰ ਨੇ ਫੋਨ ਮਿਲਾ ਲਿਆ ਤੇ ਇੱਕ ਟੀਚਰ ਨੇ ਰਿਕਾਰਡਿੰਗ ਕਰ ਲਈ ਬੀਬੀ ਦੀ, ਨਵਜੋਤ ਕੌਰ ਦੀ। ਕੀ ਕਹਿੰਦੀ, ਥੋੜਾ ਟਾਈਮ ਰਹਿ ਗਿਆ ਇਹਨਾਂ ਦਾ, ਜੋ ਕਰਨਾ ਕਰ ਲੈਣ ਦੇ, ਪਰਮਾਤਮਾ ਜ਼ਰੂਰ ਮਿਹਰ ਕਰੂ, ਮੌਕਾ ਛੇਤੀ ਆਊ। ਤੇ ਮੈਨੂੰ ਲੱਗਦਾ ਕੈਪਟਨ ਨੂੰ ਤਾਂ ਠੇਬੀ ਲਾਉਣ ਵਾਲੇ ਅੰਦਰ ਹੀ ਤਿਆਰ ਹੋ ਗਏ ਆ। ਪਤਾ ਨਹੀਂ ਉੱਥੋਂ ਹੈਲੀਕਾਪਟਰ ਉੱਡੂ ਤੇ ਇੱਥੇ ਉਤਰੂ ਕਿ ਨਹੀਂ ਉਤਰੂ, ਕਿ ਕਿਉਂਕਿ ਬਹੁਤ ਵੱਡੇ ਲਿਖਾਰੀ ਹਨ ਕਿ ਤੁਸੀਂ ਜੀ ਇਹ ਕੰਮ ਆਪਣੇ ਲਓ ਕਿ ਉਹ ਸਾਰੇ ਪੰਜਾਬ ਦੀ ਲਿਸਟ ਬਣਾਓ, ਜਥੇਦਾਰ ਸਾਹਿਬਾਨ ਜਿਹੜੇ ਇੱਥੇ ਬੈਠੇ ਹੈ ਜਾਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਬੈਠੇ ਹੈ ਉਹਨਾਂ ਨੂੰ ਸਹਿਯੋਗ ਦੇਣ, ਤੇ ਆਪਣੇ ਕੋਲੇ ਇੱਕ ਲਿਸਟ ਹੋਵੇ ਕਿ ਆਹ ਅਕਾਲੀ ਦਲ ਹੈ, ਇਹਦੀ ਬੁਨਿਆਦ ਕੁਰਬਾਨੀ ਦੀ ਬੁਨਿਆਦ ਜਿਹੜੇ ਲੋਕਾਂ ਨੇ ਕੀਤੀ ਹੈ, ਉਹਨਾਂ ਨੂੰ ਆਪਣੇ ਰਿਕਾਰਡ 'ਚ ਹੋਣਾ ਚਾਹੀਦਾ। ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਇਹ ਸਰਕਾਰ ਉਹਦੀ ਗੱਲ ਆ ਗਈ ਹੈ, ਲੇਕਿਨ ਮੈਂ ਵੀ ਦੁਹਰਾਉਣਾ ਚਾਹੁੰਦਾ, ਕਿਹੜਾ ਸੰਧੂ ਹੈ, ਸਿੱਧੂ, ਸਿੱਧੂ ਸਿੱਧੂ ਹੈ, ਕੋਈ ਬਿੰਦੂ ਹੈ, ਬਿੰਦੂ ਹੈ, ਪਤਾ ਨਹੀਂ ਕੀ ਹੈ। ਉਹਦੇ ਘਰ ਵਾਲੀ ਨੇ ਕਿਹਾ ਕਿ ਇਹ ਸਰਕਾਰ ਚੰਦ ਦਿਨਾਂ ਦੀ ਹੈ। ਮੈਂ ਨਹੀਂ ਕਹਿੰਦਾ, ਤੁਸੀਂ ਅਖਬਾਰ 'ਚ ਪੜ੍ਹ ਲਿਓ ਉਹਦੀ ਸਟੇਟਮੈਂਟ, ਮੇਰੇ ਕੋਲ ਅਖਬਾਰ ਪਿਆ। ਔਰ ਨਾਲ ਉਹਨੇ ਕਿਹਾ ਕਿ ਪੰਜਾਬ ਦੇ ਖਜ਼ਾਨੇ ਵਿੱਚ ਕੋਈ ਕਮੀ ਨਹੀਂ, ਸਾਰੇ ਮਿਨਿਸਟਰ ਖਾਈ ਜਾਂਦੇ ਆ, ਲੁੱਟੀ ਜਾਂਦੇ ਆ। ਇਹ ਸਰਟੀਫਿਕੇਟ ਜਿਹੜਾ ਦਿੱਤਾ ਹੈ, ਇਹ ਸਿੱਧੂ ਸਾਹਿਬ ਦੀ ਧਰਮ ਪਤਨੀ ਜਿਹੜੀ ਆਪਣੇ ਵੇਲੇ ਵੀ ਚੀਫ ਪਾਰਲੀਮੈਂਟਰੀ ਸੈਕਟਰੀ, ਉਹਨੇ ਦਿੱਤੀ ਹੈ। ਅਮਰਿੰਦਰ ਸਿੰਘ, ਉਹਦੀ ਸਟੇਟਮੈਂਟ ਪੜ੍ਹ ਲਓ। ਤੇ ਮੈਂ ਇਹ ਵੀ ਤੁਹਾਨੂੰ ਕਹਿ ਦਿੰਦਾ ਕਿ ਅੱਜ ਅਮਰਿੰਦਰ ਸਿੰਘ ਦੇ ਖਿਲਾਫ ਹੇਠੋਂ ਹੇਠੋਂ ਮਿੱਟੀ ਨਿਕਲ ਗਈ ਹੈ। ਹੁਣ ਤੁਹਾਨੂੰ ਸੁਣਾਉਂਦੇ ਹਾਂ ਉਹ ਆਡੀਓ ਜਿਸ ਕਰਕੇ ਨਵਜੋਤ ਕੌਰ ਸਿੱਧੂ ਨੂੰ ਵਿਰੋਧੀਆਂ ਵੱਲੋਂ ਘੇਰਿਆ ਜਾ ਰਿਹਾ ਹੈ। ਇੱਕ ਅਧਿਆਪਕ ਆ ਜੀ, ਬਰਨਾਲਾ ਜ਼ਿਲ੍ਹੇ ਤੋਂ ਬਿਲੋਂਗ ਕਰ ਰਿਹਾ ਜੀ। ਅੱਛਾ, ਹਾਂਜੀ। ਤੇ ਮੈਮ, ਅੱਜ ਕੈਬਨਿਟ ਦੇ ਵਿੱਚ ਸਾਡੇ ਬਾਰੇ ਡਿਸੀਜਨ ਲਿੱਤਾ ਗਿਆ ਹੈਗਾ ਜੀ। ਤੇ ਤੁਹਾਨੂੰ ਪਤਾ ਹੀ ਹੋਣਾ ਜੀ, 15,000 ਦੇ ਵਿੱਚ ਸਾਨੂੰ ਰੈਗੂਲਰ ਕਰਨ ਦੀ ਗੱਲ ਕੀਤੀ ਗਈ, ਉਹ ਵੀ 3 ਸਾਲਾਂ ਬਾਅਦ ਰੈਗੂਲਰ ਕੀਤਾ ਜਾਊਗਾ। ਠੀਕ ਹੈ ਜੀ। ਅੱਛਾ। ਤੇ ਉਦੋਂ 3 ਸਾਲਾਂ ਬਾਅਦ ਰੈਗੂਲਰ ਕਰਕੇ ਸਾਡੇ ਤੇ ਪ੍ਰੋਵੀਸ਼ਨਲ ਪੀਰੀਅਡ ਲਾਇਆ ਜਾਊਗਾ ਫਿਰ 3 ਸਾਲਾਂ ਦਾ। ਠੀਕ ਹੈ ਜੀ, ਕੋਈ ਗੱਲ ਨਹੀਂ, ਥੋੜਾ ਟਾਈਮ ਇਹਨਾਂ ਦਾ, ਇਹਨਾਂ ਨੂੰ ਜੋ ਕਰਨਾ ਕਰ ਲੈਣ ਦੋ, ਪਰਮਾਤਮਾ ਜ਼ਰੂਰ ਮੌਕਾ ਦਊਗਾ। ਮੈਮ, ਅਸਲ ਵਿੱਚ ਜੀ ਚੱਕਰ ਇਹ ਹੈ, ਠੀਕ ਆ, ਅਸੀਂ 8-8 ਸਾਲ ਹੋ ਗਏ ਜੀ ਨੌਕਰੀਆਂ ਦੇ ਉੱਤੇ। ਇੱਕ ਕਮੇਟੀ ਬਣੀ ਸੀ, ਕਮੇਟੀ 'ਚ ਆਪਣੇ ਸਰਦਾਰ ਸਾਹਿਬ, ਸਿੱਧੂ ਸਾਹਿਬ ਵੀ ਸੀਗੇ ਜੀ ਕਮੇਟੀ ਦੇ ਮੈਂਬਰ। ਸੁਣਦੇ ਨਹੀਂ ਇਹਨਾਂ ਨੂੰ, ਪਾ ਦਿੰਦੇ ਆ ਵਿੱਚੋਂ, ਜੋ ਇਹ ਕਹਿੰਦੇ ਉਹ ਸੁਣਦੇ ਥੋੜੀ ਹੈ। ਇਹਨਾਂ ਨੂੰ ਤਾਂ ਦੱਸਤਾ ਵੀ ਪੰਜਾਬ ਨੂੰ ਅਮੀਰ ਕਿਵੇਂ ਕਰਨਾ ਹੈ। ਹਾਂਜੀ, ਤਨਖਾਹਾਂ ਦੀ ਤਾਂ ਕੋਈ ਇਸ਼ੂ ਹੀ ਨਹੀਂ ਜੀ, ਆਪ ਪੈਸੇ ਖਾਣੇ ਬੰਦ ਕਰ ਦੇਣ ਜੀ, ਆਪ ਖਾਣੇ ਬੰਦ ਕਰ ਦੇਣ ਜੀ। ਬਿਲਕੁਲ ਬਿਲਕੁਲ ਜੀ, ਪੈਸਾ ਤਾਂ ਕੀ ਇਸ਼ੂ ਹੈ ਪੰਜਾਬ ਕੋਲ, ਪੈਸੇ ਹੀ ਪੈਸਾ ਭਰੇ। 15.5 ਲੱਖ ਰੁਪਏ ਦਾ ਮੈਂ ਲੋਨ ਲਿੱਤਾ ਸੀ ਜੀ, ਕਿਉਂਕਿ ਮੈਂ ਗਰਾਊਂਡ ਲੈਵਲ ਤੋਂ ਉੱਠਿਆ, ਘਰ ਪਾਇਆ ਸੀ ਜੀ। ਠੀਕ ਆ। ਤੇ ਜਿਹੜੀ ਕੀ ਲਗਭਗ 16,400 ਰੁਪਏ ਕਿਸ਼ਤ ਜਾਂਦੀ ਹੈ ਜੀ। ਮੈਡਮ, ਮੈਂ ਕੀ ਆਪਦੇ ਪਰਿਵਾਰ ਨੂੰ ਖਵਾਉਂਗਾ ਜੀ, ਕੀ ਮੈਂ ਕਿਸ਼ਤ ਭਰੂੰਗਾ ਜੀ? ਅੱਜ ਤੱਕ ਕਿਸਾਨ ਸੁਸਾਈਡ ਕਰ ਜਾਏ ਸੀ, ਸੱਚੀ ਕਹਿ ਰਿਹਾ ਜੀ, ਜੇ ਇਹੀ ਹਾਲਤ ਰਿਹਾ ਤਾਂ ਅਧਿਆਪਕ ਸੁਸਾਈਡ ਕਰਨਗੇ ਜੀ ਆਉਂਦੇ ਸਮੇਂ 'ਚ।
ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਇਹਨਾਂ ਨੂੰ ਆਪ ਨਹੀਂ ਪਤਾ ਵੀ ਲੋਕਾਂ ਦੀ ਰੋਟੀ, ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈ ਕਿਹੜੇ ਦੁਨੀਆਂ 'ਚ ਰਹਿੰਦੇ, ਇਹਨਾਂ ਨੂੰ ਇਹ ਨਹੀਂ ਪਤਾ ਵੀ ਲੋਕਾਂ ਦਾ ਰੋਟੀ ਕਿੱਥੋਂ ਚੱਲਦੀ ਹੈ। ਹਾਲਾਂਕਿ ਆਡੀਓ ਵਾਇਰਲ ਹੋਣ ਤੋਂ ਬਾਅਦ ਮੈਡਮ ਸਿੱਧੂ ਨੇ ਯੂ ਟਰਨ ਲੈਂਦੇ ਹੋਏ ਸਾਫ਼ ਕਰ ਦਿੱਤਾ ਕਿ ਉਹਨਾਂ ਦਾ ਸਰਕਾਰ ਪ੍ਰਤੀ ਕੋਈ ਰੋਸ ਨਹੀਂ ਹੈ ਅਤੇ ਉਹਨਾਂ ਨੇ ਇਹ ਸਭ ਅਧਿਆਪਕਾਂ ਨੂੰ ਧਰਵਾਸ ਦੇਣ ਲਈ ਕਿਹਾ ਸੀ।